ਅਕਸਰ ਵਿਦੇਸ਼ਾਂ ਦੇ ਵਿੱਚ ਤੁਸੀਂ ਪੁਲਿਸ ਵਾਲਿਆਂ ਦੀ ਗੱਡੀ ਦੇ ਮੂਹਰੇ ਲੱਗਿਆ ਹੋਇਆ ਇੱਕ ਕੈਮਰਾ ਜ਼ਰੂਰ ਵੇਖਿਆ ਹੋਵੇਗਾ, ਜਾਂ ਫਿਰ ਉਸ ਕੈਮਰੇ ਦੇ ਵਿੱਚ ਰਿਕਾਰਡ ਹੋਏ ਐਕਸੀਡੈਂਟ ਜਾਂ ਹੋਰ ਕੋਈ ਵਾਰਦਾਤ ਦੇਖੀ ਹੋਵੇਗੀ। ਹੁਣ ਉਸ ਤਰੀਕੇ ਦੇ ਨਾਲ ਹੀ ਲੁਧਿਆਣਾ ਪੁਲਿਸ ਦੇ ਵੱਲੋਂ ਆਪਣੀ ਗੱਡੀਆਂ ਦੇ ਵਿੱਚ ਕੈਮਰੇ ਇੰਸਟਾਲ ਕਰਵਾਏ ਗਏ ਨੇ। ਇਸ ਕੈਮਰੇ ਲਗਵਾਉਣ ਦਾ ਮਕਸਦ ਪੁਲਿਸ ਵਾਲਿਆਂ ਨਾਲ ਕਈ ਵਾਰ ਲੋਕ ਜਿਹੜੇ ਨੇ ਉਹ ਧੱਕਾ ਕਰਦੇ ਨੇ, ਗਾਲੀ ਗਲੋਚ ਕਰਦੇ ਨੇ, ਤਾਂ ਉਹ ਚੀਜ਼ ਨੂੰ ਰਿਕਾਰਡ ਕਰਨ ਦੇ ਲਈ। ਅਤੇ ਕਈ ਵਾਰ ਪੁਲਿਸ ਮੁਲਾਜ਼ਮ ਵੀ ਤੁਹਾਨੂੰ ਪਤਾ ਹੀ ਹੋਵੇਗਾ ਕਿ ਰਿਸ਼ਵਤ ਲੈਂਦੇ ਨੇ, ਕਈ ਵਾਰ ਤਾਂ ਫੜੇ ਜਾਂਦੇ ਨੇ ਪਰ ਕਈ ਵਾਰ ਬਚ ਜਾਂਦੇ ਨੇ। ਤਾਂ ਗੱਡੀ ਦੇ ਵਿੱਚ ਜੇਕਰ ਕੈਮਰਾ ਲੱਗਿਆ ਹੋਵੇਗਾ ਤਾਂ ਪੁਲਿਸ ਵਾਲੇ ਦੀ ਲੋਕੇਸ਼ਨ ਵੀ ਪਤਾ ਲੱਗਦੀ ਰਹੇਗੀ ਅਤੇ ਸੜਕਾਂ 'ਤੇ ਹੋ ਰਹੇ ਹਾਦਸਿਆਂ ਦੀ ਫੁਟੇਜ ਵੀ ਇਹਨਾਂ ਗੱਡੀਆਂ ਦੇ ਵਿੱਚ ਰਿਕਾਰਡ ਕੀਤੀ ਜਾਵੇਗੀ। ਤਾਂ ਦੱਸ ਦਈਏ ਕਿ ਡੈਸ਼ ਕੈਮਰਾ ਲਗਾਇਆ ਗਿਆ ਹੈ ਕਰੀਬ 10 ਗੱਡੀਆਂ ਦੇ ਵਿੱਚ। ਹੁਣ ਤੱਕ ਸਿਰਫ 6 ਗੱਡੀਆਂ 'ਚ ਇੰਸਟਾਲ ਕੀਤਾ ਗਿਆ ਹੈ ਅਤੇ ਲੁਧਿਆਣਾ ਪੁਲਿਸ ਦੀ 10 ਗੱਡੀਆਂ ਦੇ ਵਿੱਚ ਇਹਨਾਂ ਡੈਸ਼ਬੋਰਡ 'ਤੇ ਲੱਗੇ ਹੋਏ ਕੈਮਰੇ ਇੰਸਟਾਲ ਕੀਤੇ ਜਾਣਗੇ। ਤਾਂ ਲੁਧਿਆਣਾ ਪੁਲਿਸ ਦੀ PCR ਦੀਆਂ ਇਹਨਾਂ 10 ਗੱਡੀਆਂ ਦੇ ਵਿੱਚ ਇਹ ਸਪੈਸ਼ਲ ਕੈਮਰੇ ਲੱਗਣਗੇ। 1 ਹਫ਼ਤੇ ਤੱਕ ਦੀ ਇਸ ਦੇ ਵਿੱਚ ਰਿਕਾਰਡਿੰਗ ਹੋਇਆ ਕਰੇਗੀ। ਤਾਂ ਹੁਣ ਵਾਰਦਾਤਾਂ ਨੂੰ ਠੱਲ ਪਾਈ ਜਾ ਸਕਦੀ ਹੈ ਅਤੇ ਪੁਲਿਸ ਕਿੱਥੇ ਕਿੱਥੇ ਗਸ਼ਤ ਕਰ ਰਹੀ ਹੈ ਉਸ ਦੀ ਵੀ ਜਾਣਕਾਰੀ ਕੰਟਰੋਲ ਰੂਮ 'ਤੇ ਰਹੇਗੀ। ਆਓ ਇਸ ਉੱਪਰ ਪੁਲਿਸ ਦੇ ਵੱਡੇ ਅਧਿਕਾਰੀ ਦਾ ਕੀ ਕਹਿਣਾ ਹੈ, ਕਿਸ ਸੰਸਥਾ ਦੇ ਵੱਲੋਂ ਇਹ ਬੈਚ ਪੁਲਿਸ ਨੂੰ ਇਹ ਡੈਸ਼ ਕੈਮਰੇ ਦਿੱਤੇ ਗਏ ਨੇ, ਕਿਸ ਸੰਸਥਾ ਨੇ ਯੋਗਦਾਨ ਪਾਇਆ ਹੈ, ਆਓ ਜਾਣਦੇ ਹਾਂ। ਦੇਖੋ, ਅੱਜ ਆਪਾਂ 6 ਗੱਡੀਆਂ 'ਤੇ ਕੈਮਰੇ ਲਾਏ ਆ, ਉਹਦੇ 'ਚ ਇਹ ਹੈਗਾ ਕਿ ਇਹ ਸਾਨੂੰ ਇਹਨਾਂ ਨੇ ਸੰਸਥਾ ਵੱਲੋਂ ਸਪੋਂਸਰ ਕੀਤਾ ਹੈ ਅਤੇ ਬੇਸਿਕਲੀ ਇਹਦੇ 'ਚ ਇਹ ਹੈ ਕਿ ਜਦੋਂ ਆਪਾਂ ਇਹ ਜਦੋਂ ਇਹ ਡੈਸ਼ਬੋਰਡ 'ਤੇ ਲੱਗ ਜਾਣਗੇ ਅੰਦਰ ਵੀ ਇਹਦਾ ਕੰਟਰੋਲ ਹੋਊਗਾ, ਬਟ ਡਿਊਰਿੰਗ ਦ ਚਲਾਨਸ ਔਰ ਡੂਇੰਗ ਐਨੀਥਿੰਗ ਜਿਹੜੀ ਕਿ ਉੱਥੇ ਮੌਕੇ 'ਤੇ ਕੁਛ ਵਾਪਰ ਰਹੀ ਹੈ ਤਾਂ ਰਿਕਾਰਡ ਹੋ ਜੂਗਾ। ਕੱਲ੍ਹ ਜੇ ਕੋਈ ਕਿਤੇ ਇਸ਼ੂ ਆਉਂਦਾ ਹੈਗਾ ਜਾਂ ਕੋਈ ਗੱਲਬਾਤ ਉੱਥੇ ਮੌਕੇ 'ਤੇ ਹੋ ਜਾਂਦੀ ਹੈ ਤਾਂ ਉਸ ਚੀਜ਼ ਦਾ ਆਪਣੇ ਕੋਲ ਕਿਸੇ ਕੋਲ ਤਾਂ ਕੋਈ ਪ੍ਰੂਫ ਨਹੀਂ ਹੁੰਦਾ, ਹਰ ਵਾਰ ਤਾਂ ਕੋਈ ਪ੍ਰੋਪਰ ਵੀਡੀਓ ਨਹੀਂ ਬਣਾਉਂਦਾ ਹੁੰਦਾ। ਸੋ ਇਸ ਕਰਕੇ ਆਪਾਂ ਉਸ ਨੂੰ ਚੈੱਕ ਕਰਕੇ ਵੀ ਕੈਨ ਗੈਟ ਟੂ ਇਨ ਟੂ ਇਟ ਵੀ ਕਿਹਦੇ 'ਚ ਵੀ ਕੋਈ ਪ੍ਰੋਬਲਮ ਆਈ ਹੈ, ਕੁਛ ਕਫਲ ਹੋਈ ਹੈ, ਕੁਛ ਆਇਆ, ਉਹਦੇ ਨਤੀਜੇ 'ਤੇ ਪਹੁੰਚ ਸਕਦੇ ਹਾਂ ਆਪਾਂ। ਹਾਂ, ਹਾਂ, ਅਤੇ ਦੂਜਾ ਜਦੋਂ ਇਹ ਬਣੂਗਾ, ਇਹ ਲੱਗਿਆ ਹੋਊਗਾ ਤਾਂ ਉਹਦੇ ਨਾਲ ਥੋੜ੍ਹਾ ਦੋਨੋਂ ਪਾਸੇ ਚਲਾਨ ਕਰਨ ਵਾਲਾ ਵੀ ਅਤੇ ਚਲਾਨ ਵਾਲਾ ਵੀ ਦੇ ਵਿਲ ਆਲਸੋ ਵੀ ਥੋੜ੍ਹਾ ਉਸ ਸਤਰਕ ਰਹਿਣਗੇ। ਅਤੇ ਰਿਕਾਰਡਿੰਗ ਦੇਖੋ ਇਹਦੀ ਹਫ਼ਤੇ ਦੀ ਹੈਗੀ ਹੈ ਐਂਡ ਉਦੋਂ ਤੱਕ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਕੋਈ ਇਸ਼ੂ ਆਇਆ ਕਿ ਨਹੀਂ ਆਇਆ ਅਤੇ ਉਹਨੂੰ ਵਾਚ ਕਰਕੇ ਅਸੀਂ ਆਪਣੇ ਸੀਨੀਅਰ ਲੈਵਲ 'ਤੇ ਇਹਨੂੰ ਕਰਾਂਗੇ। ਪੁਲਿਸ ਸੇਫਟੀ ਲਈ ਕੈਮਰੇ ਅਕਸਰ ਦੇਖਦੇ ਜਿਹੜੀ ਗੱਡੀ ਵੀ ਕੋਈ ਪਰਚੇਜ਼ ਕਰਦਾ ਤੇ ਆਪਣੇ ਨਾਮ ਤੋਂ ਜਲਦੀ ਕਰਾਉਂਦਾ ਨਹੀਂ ਹੈ, ਉਹ ਸਰ ਚਲਾਨ ਕਰਨ ਦੇ ਬਿਲਕੁਲ ਅਸੀਂ ਦੇਖੋ ਹੁਣ ਅਸੀਂ ਸ਼ੁਰੂ ਕੀਤਾ ਹੈਗਾ, ਅਸੀਂ ਪ੍ਰੋਸੈਸ ਪਿੱਛੇ ਅਸੀਂ ਆਹ ਜਿਹੜੇ ਤੁਹਾਡੇ ਨੰਬਰ ਪਲੇਟਸ ਵਾਲਾ ਇਸ਼ੂ ਆਇਆ ਹੈਗਾ ਉਹ ਹੁਣ ਅਸੀਂ ਮੈਕਸੀਮਮ ਚਲਾਨ ਕੀਤੇ ਨੇ। ਤੁਸੀਂ ਦੇਖੋਗੇ ਸਾਡਾ ਫਿਗਰ ਦੱਸਾਂਗੇ, ਹੁਣ ਰੈਗੂਲਰ ਫੇਅਰ ਅਸੀਂ ਜਿਹੜਾ ਜਿਹੜੀ ਇਹ ਵਹੀਕਲਸ 'ਤੇ ਨੰਬਰ ਪਲੇਟ ਆਪਣੀ ਨਹੀਂ ਲਵਾ ਰਹੇ ਅਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਹੈਗਾ ਇਹਦਾ ਸਾਨੂੰ ਲੱਗੇ ਹੋਏ ਆਲਰੇਡੀ ਬਰੀਫ ਹੈ, ਅਸੀਂ ਇਹਨੂੰ ਰੈਗੂਲਰ ਮੋਨੀਟਰ ਕਰ ਰਹੇ ਹਾਂ। ਟੋਟਲ ਹੁਣ ਸਾਡੇ ਕੋਲ 6 ਗੱਡੀਆਂ 'ਚ ਲੱਗੇ ਆ, 10 'ਤੇ ਲਗਾਏ ਜਾਣ।